ਹੈਲੋ ਸਟੂਡੈਂਟਸ ਬੇਟਾ ਆਪਣੀ ਯੂਨਿਟ 3 ਚੱਲ ਰਹੀ ਆ ਇਲੈਕਟ੍ਰੋਕੈਮਿਸਟਰੀ ਜਿਸ ਦੇ ਵਿੱਚ ਪਹਿਲਾਂ ਤੁਹਾਨੂੰ ਇਹਦੀ ਡੈਫੀਨੇਸ਼ਨ ਪ੍ਰੋਪਰ ਕਲੀਅਰ ਹੋਣੀ ਚਾਹੀਦੀ ਆ ਕਿ ਇਲੈਕਟ੍ਰੋਕੈਮਿਸਟਰੀ ਹੈ ਕੀ ਆ ਇਟ ਇਜ਼ ਦਾ ਬ੍ਰਾਂਚ ਆਫ ਕੈਮਿਸਟਰੀ ਇਲੈਕਟ੍ਰੋਕੈਮਿਸਟਰੀ ਕੀ ਆਗੇ ਬੇਟਾ ਇਟ ਇਜ਼ ਦਾ ਬ੍ਰਾਂਚ ਆਫ ਕੈਮਿਸਟਰੀ ਵਿਚ ਡੀਲਸ ਵਿਦ ਇਲੈਕਟ੍ਰੀਕਲ એનર્ਜੀ ਐਂਡ ਦਾ ਕੈਮੀਕਲ એનર્ਜੀ ਇਲੈਕਟ੍ਰੀਕਲ એનર્ਜੀ ਐਂਡ Chemical energy and interconversions of these two. ਕਲੀਅਰ ਤਾਂ ਤੁਹਾਨੂੰ ਡੈਫੀਨੇਸ਼ਨ ਹੁਣ ਤੱਕ ਕਲੀਅਰ ਹੋ ਜਾਣੀ ਚਾਹੀਦੀ ਆ ਇਲੈਕਟ੍ਰੋਕੈਮਿਸਟਰੀ ਕੀ ਆ ব্রাঞ্চ ਆ ਰੈਡੀ ਕੈਮਿਸਟਰੀ ਦੀ ਜਿਹੜੀ ਡੀਲ ਕਰਦੀ ਆ ਇਲੈਕਟ੍ਰੀਕਲ એનર્ਜੀ ਨਾਲ ਤੇ ਕੈਮੀਕਲ એનર્ਜੀ ਦੇ ਨਾਲ ਤੇ ਕਿਵੇਂ ਕੈਮੀਕਲ એનર્ਜੀ ਇਲੈਕਟ੍ਰੀਕਲ ਚ ਕਨਵਰਟ ਹੋ ਸਕਦੀ ਆ ਤੇ ਇਲੈਕਟ੍ਰੀਕਲ એનર્ਜੀ ਕਿਵੇਂ ਕੈਮੀਕਲ ਚ ਕਨਵਰਟ ਹੋ ਸਕਦੀ ਆ ਠੀਕ ਹੈ ਜੀ ਤਾਂ ਹੁਣ ਆਪਾਂ ਨੇ ਪੜਿਆ ਸੀਗਾ ਬੇਟਾ ਇਹਦੇ ਵਾਸਤੇ ਸੈਲਸ ਪੜੇ ਸੀਗੇ ਕਿ ਇਲੈਕਟ੍ਰੀਕਲ એનર્ਜੀ ਨੂੰ ਕੈਮੀਕਲ એનર્ਜੀ ਚ ਕਨਵਰਟ ਕਰਨਾ ਤੇ ਕੈਮੀਕਲ એનર્ਜੀ ਨੂੰ ਇਲੈਕਟ੍ਰੀਕਲ એનર્ਜੀ ਚ ਕਨਵਰਟ ਕਰਨ ਲਈ ਅਲੱਗ- ਨੇ ਠੀਕ ਹੈ ਤਾਂ ਫਰਸਟ ਆਫ ਆਲ ਅਗਰ ਆਪਾਂ ਕੈਮੀਕਲ એનર્ਜੀ ਨੂੰ ਇਲੈਕਟ੍ਰੀਕਲ એનર્ਜੀ ਦੇ ਵਿੱਚ ਕਨਵਰਟ ਕਰਨਾ ਤਾਂ ਆਪਣੇ ਕੋਲ ਕਿਹੜਾ ਸੈੱਲ ਸੀਗਾ ਕੈਮੀਕਲ એનર્ਜੀ ਨੂੰ ਇਲੈਕਟ੍ਰੀਕਲ એનર્ਜੀ ਚ ਕਨਵਰਟ ਕਰਨਾ ਤਾਂ ਸੈੱਲ ਦਾ ਨਾਮ ਕੀ ਸੀਗਾ ਬੇਟਾ ਇਲੈਕਟ੍ਰੋਕੈਮੀਕਲ ਸੈੱਲ ਇਲੈਕਟ੍ਰੋਕੈਮੀਕਲ ਸੈੱਲ ਇਲੈਕਟ੍ਰੋਕੈਮੀਕਲ ਸੈੱਲ ਜਿਹੜਾ ਕਿ ਆਪਾਂ ਲਾਸਟੀ ਲੈਕਚਰ ਦੇ ਵਿੱਚ ਡਿਸਕਸ ਕਰਕੇ ਹਟਿਆ ਇਲੈਕਟ੍ਰੋਕੈਮੀਕਲ ਸੈੱਲ ਵਿਚ ਕਨਵਰਟਸ ਦਾ ਕੈਮੀਕਲ એનર્ਜੀ ਇੰਟੂ ਦਾ ਇਲੈਕਟ੍ਰੀਕਲ એનર્ਜੀ ਬਾਏ ਯੂਜ਼ਿੰਗ ਸਮ ਰਿਡੌਕਸ ਰਿਐਕਸ਼ਨਸ ਠੀਕ ਆਪਾਂ ਉਥੇ ਰਿਡੌਕਸ ਰਿਐਕਸ਼ਨ ਬਾਰੇ ਪੜਿਆ ਸੀਗਾ ਬੇਟਾ ਆਕਸੀਡੇਸ਼ਨ ਹਾਫ ਸੈੱਲ ਰਿਡਕਸ਼ਨ ਹਾਫ ਸੈੱਲ ਆਪਾਂ ਨੇ ਪ੍ਰੋਪਰ ਡਿਟੇਲ ਦੇ ਵਿੱਚ ਇਹਦੀ ਕੰਸਟਰਕਸ਼ਨ ਦੇ ਵਰਕਿੰਗ ਪੜ੍ਹੀ ਸੀ ਇਲੈਕਟ੍ਰੋਕੈਮੀਕਲ ਸੈੱਲ ਦੀ ਤੇ ਅੱਜ ਆਪਾਂ ਜਿਹੜਾ ਡਿਸਕਸ ਕਰਨਾ ਸੈੱਲ ਉਹ ਸੀਗਾ ਉਹ ਹੈ ਬੇਟਾ ਕਿ ਇਲੈਕਟ੍ਰੀਕਲ એનર્ਜੀ ਕਿਵੇਂ ਆਪਾਂ ਕੈਮੀਕਲ એનર્ਜੀ ਦੇ ਵਿੱਚ ਕਨਵਰਟ ਕਰ ਸਕਦੇ ਆ ਇਲੈਕਟ੍ਰੀਕਲ એનર્ਜੀ ਨੂੰ ਕੈਮੀਕਲ એનર્ਜੀ ਦੇ ਵਿੱਚ ਕਿਵੇਂ ਕਨਵਰਟ ਕਰ ਸਕਦੇ ਆ ਦੈਟ ਸੈਲ ਇਜ਼ ਕਾਲਡ ਦਾ ਇਲੈਕਟ੍ਰੋਲਿਟਿਕ ਸੈਲ ਕਿਹੜਾ ਸੈਲ ਬੇਟਾ ਇਲੈਕਟ੍ਰੋਲਿਟਿਕ ਸੈਲ ਜਾਂ ਫਿਰ ਵੋਲਟਿਕ ਸੈਲ ਔਰ ਗਲਵੈਨਿਕ ਸੈਲ ਠੀਕ ਹੈ ਬੇਟਾ ਤਾਂ ਆਪਾਂ ਇਹ ਕੁਝ ਸੈਲਸ ਬਾਰੇ ਡਿਸਕਸ ਕਰ ਰਹੇ ਸੀਗੇ ਤਾਂ ਅੱਜ ਆਪਾਂ ਕਿਹੜਾ ਸੈਲ ਪੜਨ ਜਾ ਰਹੇ ਆ ਇਲੈਕਟ੍ਰੋਲਿਟਿਕ ਸੈਲ ਤਾਂ ਧਿਆਨ ਨਾਲ ਸਮਝੋ ਰਹੇ ਜੇ ਇਲੈਕਟ੍ਰੋਲਿਟਿਕ ਸੈਲ ਫਸਟ ਆਫ ਆਲ ਇਲੈਕਟ੍ਰੋਲਾਈਟਿਕ ਸੈਲ ਕਿੱਥੇ ਯੂਜ਼ ਹੁੰਦਾ ਇਲੈਕਟ੍ਰੋਲਾਈਟਿਕ ਸੈਲ ਇਲੈਕਟ੍ਰੋਲਾਈਟਿਕ ਸੈਲ ਇਜ਼ ਯੂਜ਼ਡ ਟੂ ਕਨਵਰਟ ਦਾ ਇਲੈਕਟ੍ਰੀਕਲ એનર્ਜੀ ਇਨਟੂ ਦਾ ਕੈਮੀਕਲ એનર્ਜੀ ਦਾ ਡਿਵਾਈਸ ਵਿਚ ਕੈਨ ਬੀ ਯੂਜ਼ਡ ਟੂ ਕਨਵਰਟ ਦਾ ਇਲੈਕਟ੍ਰੀਕਲ એનર્ਜੀ ਇਲੈਕਟ੍ਰੀਕਲ એનર્ਜੀ ਇਨਟੂ ਕੈਮੀਕਲ એનર્ਜੀ ਇਲੈਕਟ੍ਰੀਕਲ એનર્ਜੀ ਇਨਟੂ chemical energy that is known as the electrolytic cell the electrolytic cell ki hinda it is a device which can be used to convert the electrical energy into chemical energy that is called the electrolytic cell basically re ji he jada electrolytic cell aa eh kidde utte kede principle de basis utte kam karda it is based upon the electrolysis kis de upar kam karda beta eh it is based upon the ਇਲੈਕਟ੍ਰੋਲਾਈਸਿਸ ਤਾਂ ਤੁਸੀਂ ਬਹੁਤ ਲੋਅਰ ਕਲਾਸਸ ਤੇ ਵਰਡ ਸੁਣਦੇ ਆ ਰਹੇ ਹੋ ਵਾਟ ਇਜ਼ ਇਲੈਕਟ੍ਰੋਲਾਈਸਿਸ ਤਾਂ ਦੇਖੋ ਇਲੈਕਟ੍ਰੋਲਾਈਸਿਸ ਇਲੈਕਟ੍ਰੋ ਮੀਨਸ ਇਲੈਕਟ੍ਰਿਸਿਟੀ ਮੀਨਸ ਕਰੰਟ ਠੀਕ ਹੈ ਲਾਈਸਿਸ ਲਾਈਸਿਸ ਦਾ ਮਤਲਬ ਕੀ ਹੁੰਦਾ ਕੈਮਿਸਟਰੀ ਦੇ ਵਰਡ ਕਿਤੇ ਵੀ ਆ ਜਾਵੇ ਸਾਇੰਸ ਦੇ ਵਿੱਚ ਤਾਂ ਲਾਈਸਿਸ ਦਾ ਮਤਲਬ ਕੀ ਹੁੰਦਾ ਬ੍ਰੇਕ ਹੋਣਾ ਠੀਕ ਹੈ ਕੀ ਹੁੰਦਾ ਬੇਟਾ ਬ੍ਰੇਕ ਹੋਣਾ ਤੇ ਇਟ ਮੀਨਸ ਦੇਖੋ ਕਿ ਆਪਣੇ ਕੋਲ ਕੋਈ ਵੀ ਇਲੈਕਟ੍ਰੋਲਾਈਟਸ ਹੋਣਗੇ ਕੋਈ ਵੀ ਸੋਲੂਸ਼ਨਸ ਹੋਣਗੇ ਜਦੋਂ ਆਪਾਂ ਇਹਨਾਂ ਦੇ ਵਿੱਚ ਕਰੰਟ ਪਾਸ ਕਰਾਂਗੇ ਤਾਂ ਉਹ ਅਗੇ ਉਹਨਾਂ ਦਾ ਬ੍ਰੇਕ ਬ੍ਰੇਕਅਪ ਹੋ ਜਾਣਾ ਮੀਨਸ ਉਹਨਾਂ ਦਾ ਲਾਈਸਿਸ ਹੋ ਜਾਣਾ ਲਾਈਕ ਸੈਗਜ਼ੈਂਪਲ ਮਿਲ ਕੋ ਸੋਡੀਅਮ ਕਲੋਰਾਇਡ ਆ ਕਰਾ ਜੇ ਐਕਸ ਫਾਰਮ ਦੇ ਵਿੱਚ ਕਲੀਅਰ ਅਗਰ ਆਪਾਂ ਇਸ ਦੇ ਵਿੱਚ ਕਰੰਟ ਪਾਸ ਕਰੀਏ ਦਾ ਹੈ ਆਇਨਸ ਦੇ ਵਿੱਚ ਬ੍ਰੇਕ ਹੋ ਜਾਣਾ ਐਨਾ ਪੋਜ਼ਿਟਿਵ ਸੀਐਲ ਨੈਗੇਟਿਵ ਜਾਂ ਫਿਰ ਆਪਣੇ ਕੋਲ ਹੋਰ ਕੀ ਆ ਕਾਪਰ ਸਲਫੇਟ ਆ ਅਗੇਨ ਐਕਵਸ ਫਾਰਮ ਦੇ ਵਿੱਚ ਜਾਂ ਮੋਲਟਨ ਫਾਰਮ ਦੇ ਵਿੱਚ ਹੋਣਾ ਚਾਹੀਦਾ ਤਾਂ ਇਹ ਕਿਸ ਵਿੱਚ ਕਨਵਰਟ ਹੋ ਜਾਊਗਾ ਕਾਪਰ ਆਇਨਸ ਤੇ ਸਲਫੇਟ ਆਇਨਸ ਵਿੱਚ ਠੀਕ ਹੈ ਤਾਂ ਜਦੋਂ ਪੈਨਲ ਵਿੱਚ ਇਲੈਕਟ੍ਰਿਸਿਟੀ ਪਾਸ ਕੀਤੀ ਜਾਂ ਕਰੰਟ ਪਾਸ ਕੀਤਾ ਤਾਂ ਇਹ ਇਲੈਕਟ੍ਰੋਲਾਈਟਸ ਅੱਗੇ ਬ੍ਰੇਕ ਹੋ ਜਾਂਦੇ ਨੇ ਆਇਨਸ ਦੇ ਵਿੱਚ ਤੇ ਪ੍ਰਸਾਸ ਨੂੰ ਕੀ ਕਹਿੰਦੇ ਨੇ ਇਲੈਕਟ੍ਰੋਲਾਈਸਿਸ ਠੀਕ ਹੈ ਜੀ 10th بیس ਦੇ ਉੱਤੇ ਵੀ ਤੁਸੀਂ ਇਹਦੇ ਬਹੁਤ سارے ਇਲੈਕਟ੍ਰੋਲਾਈਸਿਸ ਦੇ ਐਗਜ਼ਾਮਪਲਸ ਪੜ੍ਹ ਕੇ ਆਏ ਹੋ ਠੀਕ ਹੈ ਜਿੱਥੇ ਤੁਹਾਨੂੰ ਵਾਟਰ ਦਾ ਇਲੈਕਟ੍ਰੋਲਾਈਸਿਸ ਦੱਸਿਆ ਜਾਂਦਾ ਬੇਟਾ ਬਹੁਤ ਫੇਮਸ ਐਗਜ਼ਾਮਪਲ ਆ ਗਈ ਇਹ ਜਿੱਥੇ ਆਪਣੇ ਕੋਲੇ ਇਹ OH- ਐਂਗਟੀਵ ਆਇਨਸ H+ ਆਇਨਸ ਦੇ ਵਿੱਚ ਬ੍ਰੇਕ ਹੋ ਜਾਂਦਾ ਤੇ 댓 ਮੀਨਸ ਵਾਟਰ ਦੇ ਵਿੱਚ ਕਰੰਟ ਪਾਸ ਕਰਨ ਦੇ ਨਾਲ ਇਹ ਆਇਨਸ ਦੇ ਵਿੱਚ ਡਿਸੋਸੀਏਟ ਹੋ ਜਾਂਦਾ ਤੇ ਇਹ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਆ ਇਲੈਕਟ੍ਰੋਲਾਈਸਿਸ ਕਹਿੰਦੇ ਆ ਤੇ ਇਲੈਕਟ੍ਰੋਲਾਈਸਿਸ ਹੁੰਦਾ ਕੀ ਹੈਗਾ ਸਭ ਤੋਂ ਪਹਿਲਾਂ ਆਪਾਂ ਇਲੈਕਟ੍ਰੋਲਿਟਿਕ ਸੈੱਲ ਕਰਨ ਤੋਂ ਪਹਿਲਾਂ ਤੁਹਾਨੂੰ ਇਲੈਕਟ੍ਰੋਲ ਹੋਣਾ ਚਾਹੀਦਾ ਨਾਓ ਵਾਟ ਇਜ਼ ਦ ਇਲੈਕਟ੍ਰੋਲਾਈਸਿਸ ਇਟ ਇਜ਼ ਦ ਪ੍ਰੋਸੈਸ ਆਫ ਕੈਮੀਕਲ ਡੀਕੰਪੋਜ਼ੀਸ਼ਨ ਕੀ ਹੁੰਦਾ ਬੇਟਾ ਇਹ ਇਲੈਕਟ੍ਰੋਲਾਈਸਿਸ ਇਟ ਇਜ਼ ਅ ਪ੍ਰੋਸੈਸ ਆਫ ਕੈਮੀਕਲ ਡੀਕੰਪੋਜ਼ੀਸ਼ਨ ਆਫ ਐਨ ਇਲੈਕਟ੍ਰੋਲਾਈਟ ਆਫ ਐਨ ਇਲੈਕਟ੍ਰੋਲਾਈਟ ਆਫ ਐਨ ਇਲੈਕਟ੍ਰੋਲਾਈਟ ਹੁਣ ਇਲੈਕਟ੍ਰੋਲਾਈਟ ਕੀ ਹੁੰਦਾ ਇਲੈਕਟ੍ਰੋਲਾਈਟ ਕੋਈ ਵੀ ਸੋਲੂਸ਼ਨ ਹੋ ਸਕਦਾ ਜਿਸ ਦੇ ਵਿੱਚੋਂ ਕਰੰਟ ਈਜ਼ੀ ਪਾਸ ਹੋ ਸਕੇ ਠੀਕ ਹੈ ਇਲੈਕਟ੍ਰੋਲਾਈਟ ਕੀ ਹੁੰਦਾ ਬੇਟਾ ਕੋਈ ਵੀ ਸੋਲੂਸ਼ਨ ਜਿਸ ਦੇ ਵਿੱਚੋਂ ਬਹੁਤ ਈਜ਼ੀ ਕਰੰਟ ਪਾਸ ਹੋ ਸਕੇ ਤਾਂ ਇਲੈਕਟ੍ਰੋਲਾਈਸਿਸ ਕੀ ਆ ਇਟ ਇਜ਼ ਅ ਕੈਮੀਕਲ ਡਿਕੰਪੋਜੀਸ਼ਨ ਆਫ ਐਨ ਇਲੈਕਟ੍ਰੋਲਾਈਟ ਆਫ ਐਨ ਇਲੈਕਟ੍ਰੋਲਾਈਟ ਇਨਟੂ ਇਟਸ ਆਇਨਸ ਇਨਟੂ ਇਟਸ ਆਇਨਸ Bypassing the electric current, bypassing the electric current through it, bypassing the electric current through it, bypassing the electric current through it. ਦੈਟ ਇਜ਼ ਨੋਨ ਐਸ ਦਾ ਇਲੈਕਟ੍ਰੋਲਾਈਸਿਸ ਲਾਈਕ ਸੇ ਐਗਜ਼ਾਮਪਲ ਆਪਣੇ ਕੋਲ ਇਲੈਕਟ੍ਰੋਲਾਈਸਿਸ ਕੀਤਾ ਗਿਆ ਜੇ ਸਪੋਜ਼ ਸੋਡੀਅਮ ਕਲੋਰਾਈਡ ਆ ਤਾਂ ਸੋਡੀਅਮ ਕਲੋਰਾਈਡ ਦੀ ਕੀ ਹੋ ਗਈ ਕੈਮੀਕਲ ਡਿਕੰਪੋਜੀਸ਼ਨ ਡਿਕੰਪੋਜੀਸ਼ਨ ਮਤਲਬ ਕੀ ਹੁੰਦਾ ਬ੍ਰੇਕ ਹੋਣਾ ਇਹ ਇੱਕ ਇਲੈਕਟ੍ਰੋਲਾਈਟ ਕਹਾਂਗੇ ਆਪਾਂ ਨੂੰ ਕਿਉਂਕਿ ਇਹਦੇ ਵਿੱਚ ਇਜ਼ੀ ਕਰੰਟ ਪਾਸ ਹੋ ਜਾਂਦਾ ਇਨਟੂ ਇਟਸ ਆਇਨਸ ਆਇਨਸ ਮਤਲਬ ਕਟਾਇਨ ਤੇ ਅਨਾਇਨ ਦੇ ਵਿੱਚ ਇਹ ਡਿਕੰਪੋਜ਼ ਹੋ ਜਾਂਦਾ ਠੀਕ ਆ ਕਦੋਂ ਜਦੋਂ ਆਪਾਂ ਇਸ ਦੇ ਵਿੱਚ ਕਰੰਟ ਪਾਸ ਕਰਾਂਗੇ ਤਾਂ ਇਹ ਪ੍ਰੋਸੈਸ ਨੂੰ ਆਪਾਂ ਕੀ ਕਹਾਂਗੇ ਇਲੈਕਟ੍ਰੋਲਾਈਸਿਸ ਕਲੀਅਰ ਹੈ ਬੇਟਾ ਤਾਂ ਇਲੈਕਟ੍ਰੋਲਾਈਸਿਸ ਕੀ ਹੁੰਦਾ ਕੈਮੀਕਲ ਡਿਕੰਪੋਜੀਸ਼ਨ ਆਫ ਇਲੈਕਟ੍ਰੋਲਾਈਟ অর ਸੋਲੂਸ਼ਨ ਇਨਟੂ ਇਟਸ ਆਇਨਸ ਬਾਏ ਪਾਸਿੰਗ ਦਾ ਇਲੈਕਟ੍ਰਿਕ ਕਰੰਟ ਥਰੂ ਇਟ 댓 ਇਸ ਕਾਲਡ ਦਾ ਇਲੈਕਟ੍ਰੋਲਾਈਸਿਸ ਓਕੇ ਜੀ ਤਾਂ ਹੁਣ ਆਪਾਂ ਇਹਦੇ ਇਲੈਕਟ੍ਰੋਲਾਈਸਿਸ ਦਾ ਪ੍ਰਸਾਸਾ ਫੁੱਲ ਡਿਟੇਲ ਦੇ ਵਿੱਚ ਪੜਾਂਗੇ ਮਤਲਬ ਕਿ ਆਪਾਂ ਇਲੈਕਟ੍ਰੋਲਿਟਿਕ ਸੈੱਲ ਬਾਰੇ ਪੜਦੇ ਹਾਂ ਠੀਕ ਹੈ ਇਲੈਕਟ੍ਰੋਲਿਟਿਕ ਸੈੱਲ ਦੇ ਵਿੱਚ ਬੇਸਿਕਲੀ ਦੇਖੋ ਬੇਟਾ ਇਹ ਜਿਹੜੇ ਇਲੈਕਟ੍ਰੋਲਿਟਿਕ ਸੈੱਲ ਲੱਗਾ ਇਹ ਇੱਕ ਡਾਇਰੈਕਟ ਰਿਡੌਕਸ ਰਿਐਕਸ਼ਨ ਦਾ ਇੱਕ ਪਾਰਟ ਆ ਜਿਸ ਦੇ ਵਿੱਚ ਆਪਾਂ ਦੇਖੋ ਕਿ ਇੱਕ ਬੀਕਰ ਲੈਣੇ ਆ ਇੱਕ ਸਿੰਗਲ ਬੀਕਰ ਦੇ ਵਿੱਚ ਸਿੰਗਲ ਵੈਸਲਸ ਦੇ ਵਿੱਚ ਰਿਐਕਸ਼ਨਸ ਹੋਣਗੀਆਂ ਠੀਕ ਹੈ ਇੱਕੋ ਹੀ ਬੀਕਰ ਦੇ ਵਿੱਚ ਆਪਣੇ ਕੋਲ ਕੀ ਆ ਜਾਣੇ ਨੇ ਦੋ ਇਲੈਕਟ੍ਰੋਡਸ ਕਲੀਅਰ ਤਾਂ ਇਹਨਾਂ ਇਲੈਕਟ੍ਰੋਡਸ ਨੂੰ ਅੱਗੇ ਆਪਾਂ ਆਊਟਰ ਸਰਕਟ ਦੇ ਨਾਲ ਕੰਬਾਈਨ ਕੀਤਾ ਜਾਂਦਾ ਠੀਕ ਹੈ ਜੀ ਮੀਨਸ ਟੂ ਸੇ ਇੱਕ ਸਾਈਡ ਤੇ ਬੈਟਰੀ ਦਾ ਟਰਮੀਨਲ ਜੁਆਇਨ ਕੀਤਾ ਜਾਣਗੇ ਠੀਕ ਹੈ ਤਾਂ ਹੁਣ ਤੁਹਾਨੂੰ ਪਤਾ ਹੀ ਹੋਊਗਾ ਕਿ ਜਿਹੜਾ ਵੱਡਾ ਟਰਮੀਨਲ ਹੁੰਦਾ ਉਹ ਪੋਜ਼ਿਟਿਵ ਟਰਮੀਨਲ ਹੋਊਗਾ ਤੇ ਜਿਹੜਾ ਛੋਟਾ ਟਰਮੀਨਲ ਹੁੰਦਾ ਉਹ ਕੀ ਹੁੰਦਾ ਬੇਟਾ 네ਗੇਟਿਵ ਟਰਮੀਨਲ ਹੁੰਦਾ ਠੀਕ ਹੈ ਜੀ ਡਾਇਨੋਸਟੋਵਾ ਦਾ ਪਾਇਸ ਦੇ ਵਿੱਚ ਕੀ ਪਾਇਆ ਹੋਇਆ ਹੈਗਾ ਬੇਟਾ ਇਲੈਕਟ੍ਰੋਲਾਈਟ ਪਾਇਆ ਹੋਇਆ ਹੈ ਤੇ ਪਾਣੀ ਕਿ ਲਈ ਹੈਗਾ ਇਹ ਸਾਰੇ ਇਲੈਕਟ੍ਰੋਲਿਟਿਕ ਬੀਕਰ ਆ ਠੀਕ ਆ ਨਾਨ ਕੰਡਕਟਿੰਗ ਹੋਣਾ ਚਾਹੀਦਾ ਬੀਕਰ ਮੀਨਸ ਆਪਣੇ ਕੋਲ ਕੋਈ ਵੀ ਕਿਸੇ ਵੀ ਮਟੀਰੀਅਲ ਦਾ ਜਿਹੜਾ ਬੈਡ ਕੰਡਕਟਰ ਹੋਵੇ ਇਲੈਕਟ੍ਰਿਸਿਟੀ ਦਾ ਲਾਈਕ ਜਿਵੇਂ ਗਲਾਸ ਹੋ ਗਿਆ ਪਲਾਸਟਿਕ ਹੋ ਗਿਆ ਠੀਕ ਆ ਐਦਾਂ ਦਾ ਬਣਿਆ ਹੋਣਾ ਚਾਹੀਦਾ ਬਿਕਾਜ਼ ਆਪਾਂ ਨੇ ਇਸ ਦੇ ਵਿੱਚੋਂ ਕਰੰਟ ਪਾਸ ਕਰਵਾਉਣਾ ਹੁੰਦਾ ਬੇਟਾ ਤਾਂ ਇਹ ਜਿਹੜਾ ਬੀਕਰ ਹੈ ਨਾਨ ਕੰਡਕਟਿੰਗ ਹੋਣਾ ਚਾਹੀਦਾ ਠੀਕ ਆ ਬੀਕਰ ਕਿਦਾਂ ਦੇ ਮਟੀਰੀਅਲ ਦਾ ਬਣਿਆ ਹੋਣਾ ਚਾਹੀਦਾ ਨਾਨ ਕੰਡਕਟਿੰਗ ਮਟੀਰੀਅਲ ਨਾਨ ਕੰਡਕਟਿਵ ਮਟੀਰੀਅਲ ਮੀਨਸ ਜਿਸ ਦੇ ਵਿੱਚੋਂ ਈਜ਼ੀ ਕਰੰਟ ਪਾਸ ਨਾ ਆਨੇ ਇਸ ਦੇ ਵਿੱਚ ਐਡੀਸ਼ਨ ਕਰਵਾਈ ਹੋਈ ਹੈ ਜੇ ਕਾਪਰ ਸਲਫੇਟ ਦੀ ਤਾਂ ਕਾਪਰ ਸਲਫੇਟ ਦਾ ਫਾਰਮੂਲਾ ਤਾਂ ਸਭ ਨੂੰ ਪਤਾ CuSO4 ਕਾਪਰ ਸਲਫੇਟ ਦੇ ਵਿੱਚ ਆਪਾਂ ਨੇ ਵਾਟਰ ਦੀ ਐਡੀਸ਼ਨ ਕਰਵਾਈ ਆ ਕਿਉਂਕਿ ਜਿਹੜਾ ਆਪਾਂ ਇਸ ਦੇ ਵਿੱਚ ਇਲੈਕਟ੍ਰੋਲਾਈਟ ਲੈਣਾ ਹੈ ਜੇ ਉਹ ਐਕਸ ਫਾਰਮ ਦੇ ਵਿੱਚ ਲੈਣਾ ਐਕਸ ਫਾਰਮ ਦੇ ਵਿੱਚ ਬਿਕੋਜ਼ ਯੂ ਵੈਲ ਨੋ ਐਕਸ ਫਾਰਮ ਦੇ ਵਿੱਚ ਹੀ ਬਹੁਤ ਈਜ਼ੀ ਆਇਨਸ ਬਣ ਜਾਂਦੇ ਨੇ ਈਜ਼ੀ ਡਿਸੋਸੀਏਟ ਹੋਣਾ ਇਹ ਠੀਕ ਹੈ ਜਿੰਨੀ ਈਜ਼ੀ ਡਿਸੋਸੀਏਟ ਹੋਗਾ ਓਨੀ ਜਲਦੀ ਕੀ ਬਣ ਕੇ ਆਣਗੇ ਇਸ ਦੇ ਆਇਨਸ ਬਣ ਕੇ ਆਣਗੇ ਅਗਰ ਆਪਾਂ ਸੋਲਿਡ ਫਾਰਮ ਦੇ ਵਿੱਚ ਲਵਾਂਗੇ ਤਾਂ ਸੋਲਿਡ ਫਾਰਮ ਦੇ ਵਿੱਚ ਕਰੰਟ ਪਾਸ ਨਹੀਂ ਹੋਣਾ ਠੀਕ ਹੈ ਜਾਂ ਐਕਸ ਫਾਰਮ ਚ ਹੋਣਾ ਚਾਹੀਦਾ ਬੇਟਾ ਜਾਂ ਫਿਰ ਮੋਲਟਨ ਫਾਰਮ ਦੇ ਵਿੱਚ ਹੋਣਾ ਚਾਹੀਦਾ ਤਾਂ ਆਪਾਂ ਨੇ ਸਪੋਜ਼ ਕੋਈ ਵੀ ਇਲੈਕਟ੍ਰੋਲਾਈਟ ਲਿਆ ਸਪੋਜ਼ ਕਾਪਰ ਸਲਫੇਟ ਲਿਆ ਠੀਕ ਹੈ ਤਾਂ ਇਹ ਕਾਪਰ ਆਇਨਸ ਤੇ ਸਲਫੇਟ ਆਇਨਸ ਦੇ ਵਿੱਚ ਡਿਸੋਸੀਏਟ ਹੋ ਜਾਣਾ ਜਦੋਂ ਆਪਾਂ ਇਸ ਦੇ ਵਿੱਚੋਂ ਕਰੰਟ ਪਾਸ ਕਰਾਂਗੇ ਫਿਰ ਉਸ ਤੋਂ ਬਾਅਦ ਹੋਣਾ ਕੀ ਆ ਹੁਣ ਅੱਗੇ ਦੀ ਕਹਾਣੀ ਦੇਖੋ ਰੋਜੇ ਇਸ ਦੇ ਵਿੱਚ ਆਪਣੇ ਕੋਲ ਸੋਲਿਊਸ਼ਨ ਦੇ ਵਿੱਚ ਬਹੁਤ ਸਾਰੇ ਕਾਪਰ ਆਇਨਸ ਤੇ ਸਲਫੇਟ ਆਇਨਸ ਜਨਰੇਟ ਹੋ ਗਏ ਠੀਕ ਹੈ ਤਾਂ ਇਟ ਮੀਨਸ ਇੱਥੇ ਆਪਣੇ ਕੋਲ ਸੋਲਿਊਸ਼ਨ ਦੇ ਵਿੱਚ ਕਿਹੜੇ ਬੇਟਾ ਦਨ ਹੋਰ ਕਿਹੜੇ ਆਇਨਸ ਪੈਨੇ ਕਾਪਰ ਆਇਨਸ ਪੈਨੇ ਬਹੁਤ ਜ਼ਿਆਦਾ ਕਾਪਰ ਆਇਨਸ ਕਲੀਅਰ ਤਾਂ ਹੁਣ ਦੇਖੋ ਜਦੋਂ ਇਹ ਕਾਪਰ ਆਇਨਸ ਤੇ ਸਲਫੇਟ ਆਇਨਸ ਸੋਲੂਸ਼ਨ ਦੇ ਵਿੱਚ ਪੈਨੇ ਫਿਰ ਇਹ ਹੌਲੀ ਹੌਲੀ ਇਲੈਕਟਰੋਡਸ ਵੱਲ ਮੂਵ ਕਰਨਾ ਸ਼ੁਰੂ ਕਰ ਦਿੰਦੇ ਨੇ ਮੀਨਸ ਇਹ ਪੋਜ਼ਿਟਿਵ ਚਾਰਜ ਦਾ ਪੋਜ਼ਿਟਿਵ ਚਾਰਜ ਕਿਹੜੀ ਇਲੈਕਟਰੋਡ ਵੱਲ ਮੂਵ ਕਰੇਗਾ 네ਗੇਟਿਵ ਇਲੈਕਟਰੋਡ ਵੱਲ ਠੀਕ ਹੈ ਤੇ ਇਹ ਕੀ ਹੈਗਾ ਬੇਟਾ 네ਗੇਟਿਵ ਚਾਰਜ 네ਗੇਟਿਵ ਚਾਰਜ ਕਿਹੜੀ ਇਲੈਕਟਰੋਡ ਵੱਲ ਮੂਵ ਕਰੇਗਾ ਪੋਜ਼ਿਟਿਵ ਵੱਲ ਠੀਕ ਹੈ ਤੇ ਇੱਥੇ ਫਿਰ ਮਾਈਗ੍ਰੇਸ਼ਨ ਸਟਾਰਟ ਹੋ ਜਾਂਦੀ ਆ ਆਇਨਸ ਦੀ ਮਾਈਗ੍ਰੇਸ਼ਨ ਹੋਣੀ ਸਟਾਰਟ ਹੋ ਜਾਂਦੀ ਆ ਤਾਂ ਸਪੋਜ਼ ਇੱਥੇ ਆਪਣੇ ਕੋਲ ਇਹ ਬ੍ਰੇਕ ਹੋ ਗਿਆ ਕ ਦੇ ਵਿੱਚ ਸਪੋਜ਼ ਆਪਣੇ ਕੋਲ ਕੋਈ ਵੀ ਸੌਲਟ ਆਗਰ ਜੇ ਇਹ ਠੀਕ ਹੈ ਕਟਾਇਨ ਤੇ ਅਨਾਇਨ ਦੇ ਵਿੱਚ ਕਟਾਇਨ ਦੇ ਵਿੱਚ ਬ੍ਰੇਕ ਹੋ ਗਿਆ ਤੇ ਇਹ ਅਨਾਇਨਸ ਦੇ ਵਿੱਚ ਬ੍ਰੇਕ ਹੋ ਗਿਆ ਕਟਾਇਨ ਤਾਂ ਸਮਝਦੇ ਹੋ ਨਾ ਪੋਜ਼ਿਟਿਵ ਤੇ ਅਨਾਇਨ ਸਮਝਦੇ ਹੋ 네ਗੇਟਿਵ ਚਾਰਜ ਤੇ ਇਸ ਕੇਸ ਦੇ ਵਿੱਚ ਆਪਣੇ ਕੋਲੇ ਕੋਈ ਵੀ ਐਗਜ਼ਾਮਪਲ ਸੈੱਟ ਕਰ ਸਕਦੇ ਹੋ ਤੁਸੀਂ ਫਿਰ ਜਿਹੜੇ ਕਟਾਇਨ ਹੋਣਗੇ ਉਹ ਜਾਣਗੇ ਸਾਰੇ ਕਿ ਸਾਈਡ ਤੇ 네ਗੇਟਿਵ ਤਰਫ ਠੀਕ ਹੈ 네ਗੇਟਿਵ ਇਲੈਕਟਰੋਡ ਤਰਫ ਤੇ ਜਿੰਨੇ ਵੀ ਅਨਾਇਨਸ ਹੋਣਗੇ ਸਭ ਕਿਸ ਤਰਫ ਜਾਣਗੇ ਬੇਟਾ ਪੋਜ਼ਿਟਿਵ ਤਰਫ ਠੀਕ ਹੈ ਤਦੋਂ ਦੇਖੋ ਜਿਵੇਂ ਹੀ ਜਿਹੜਾ ਕਾਪਰ ਆ Cu2 ਪੋਜ਼ੀਟਿਵ ਆ ਉਹ 네ਗੇਟਿਵ ਇਲੈਕਟਰੋਡ ਵੱਲ ਗਿਆ 네ਗੇਟਿਵ ਇਲੈਕਟਰੋਡ ਤੇ ਜਾ ਕੇ ਉਹਨੇ ਪੋਜ਼ੀਟਿਵ ਤੇ 네ਗੇਟਿਵ ਆਪਸ ਦੇ ਵਿੱਚ ਕੰਬਾਈਨ ਹੋ ਕੇ ਕੀ ਹੋ ਜਾਣਗੇ ਨਿਊਟਰਲਾਈਜ਼ ਹੋ ਜਾਣਗੇ ਮਤਲਬ ਚਾਰਜ ਗੈਨ ਕਰੂਗਾ ਦੈਨ ਇਟ ਵਿਲ ਕਨਵਰਟਡ ਟੂ ਦਾ Cu ਠੀਕ ਹੈ ਤਾਂ Cu2 ਪੋਜ਼ਿਟਿਵ ਤੋਂ Cu ਦੇ ਵਿੱਚ ਕਨਵਰਟ ਹੋ ਗਿਆ ਮਤਲਬ ਇਹਨੇ ਚਾਰਜ ਦੇ ਦਾ ਨਿਊਟਰਲਾਈਜ਼ ਹੋ ਗਿਆ ਇੱਥੇ ਡਿਸਚਾਰਜ ਹੋ ਗਿਆ ਇੱਥੇ ਜਾ ਕੇ ਠੀਕ ਹੈ ਤਾਂ ਜਦੋਂ 네ਗੇਟਿਵ ਇਲੈਕਟਰੋਡ ਵੱਲ ਪੋਜ਼ਿਟਿਵ ਸਾਰੇ ਆਇਨਸ ਮੂਵ ਕਰਨਗੇ ਤਾਂ ਉੱਥੇ ਜਾ ਕੇ ਡਿਸਚਾਰਜ ਹੋ ਜਾਣਗੇ ਮਤਲਬ ਆਪਣਾ ਪਾਸ ネਗੇਟਿਵ ਚਾਰਜ ਖਤਮ ਹੋ ਜਾਣਾ ਠੀਕ ਹੈ ਤੇ ਇਟ ਮੀਨਸ ਇੱਥੇ ਇਲੈਕਟਰੋਨਸ ਕੀ ਹੋ ਰਹੇ ਨੇ ਗੇਨ ਹੋ ਰਹੇ ਨੇ ਤਾਂ ਗੇਨ ਆਫ ਇਲੈਕਟਰੋਨਸ ਗੇਨ ਆਫ ਇਲੈਕਟਰੋਨਸ ਨੂੰ ਆਪਾਂ ਕੀ ਕਹਾਂਗੇ ਬੇਟਾ that is called the gain of electrons gain ਆਫ ਇਲੈਕਟ੍ਰੋਨਸ ਗੇਨ ਆਫ ਇਲੈਕਟ੍ਰੋਨਸ ਮੀਨਸ ਕੀ ਹੁੰਦੀ ਆ ਰਿਡਕਸ਼ਨ ਗੇਨ ਆਫ ਇਲੈਕਟ੍ਰੋਨਸ ਕੀ ਹੁੰਦੀ ਆ ਬੇਟਾ ਰਿਡਕਸ਼ਨ ਤਾਂ ਹੁਣ ਦੇਖੋ ਜਿੱਥੇ ਵੀ ਰਿਡਕਸ਼ਨ ਹੋ ਰਹੀ ਹੁੰਦੀ ਆ ਤਾਂ ਉੱਥੇ ਦੱਸੋ ਆਪਾਂ ਉਹ ਇਲੈਕਟrode ਨੂੰ ਕੀ ਕਿਹਾ ਸੀਗਾ ਰੈੱਡ ਕੈਥ ਦੱਸੋ ਮੈਨੂੰ ਤੇ ਜਿੱਥੇ ਰਿਡਕਸ਼ਨ ਹੋ ਰਹੀ ਹੁੰਦੀ ਆ ਉਹਨੂੰ ਆਪਾਂ ਕੀ ਕਹਿੰਦੇ ਹੁੰਨੇ ਆ ਕੈਥੋਡ ਰੈੱਡ ਕੈਥ ਠੀਕ ਹੈ ਤੇ ਇਹਦਾ ਮਤਲਬ ਕੀ ਹੋਇਆ ਕਿ ਜਿਹੜੇ ਪੋਜ਼ਿਟਿਵ ਜਿਹੜੀ ਇਲੈਕਟrode ਵੱਲ ਪੋਜ਼ਿਟਿਵ ਵਾਈਨਸ ਜਾਰੇ ਨੇ ਠੀਕ ਆ ਪੋਜ਼ਿਟਿਵ ਵਾਈਨਸ ਜਾ ਰਹੇ ਨੇ ਤਾਂ ਉੱਥੇ ਜਾ ਕੇ ਇਲੈਕਟ੍ਰੋਨ ਗੇਨ ਕਰਦੇ ਨੇ ਕੇਨ ਆਫ ਇਲੈਕਟ੍ਰੋਨ ਕੀ ਹੋ ਜਾਂਦੀ ਹੈ ਰਿਡਕਸ਼ਨ ਤਾਂ ਜਿੱਧਰ ਰਿਡਕਸ਼ਨ ਹੁੰਦੀ ਹੈ ਉਹ ਕੀ ਬਣ ਜਾਂਦੀ ਹੈ ਬੇਟਾ ਆਪਣੇ ਕੋਲੇ ਕੈਥੋਡ ਤਾਂ ਇਟ ਮੀਨਸ ਏ ਕੀ ਬਣ ਕੇ ਆਪਣੇ ਕੋਲੇ ਰਜੇ ਕੈਥੋਡ ਸਮਝ ਆ ਗਈ ਏ ਕੀ ਹੋਗੀ ਰਜੇ ਕੈਥੋਡ ਹੋਗੀ ਉਸ ਤੋਂ ਬਾਅਦ ਹੁਣ ਇਸ ਕੈਥੋਡੋ ਕੀ 네ਗੇਟਿਵ ਟਰਮੀਨਲ ਠੀਕ ਆ ਹੁਣ ਨੈਕਸਟ ਕੀ ਹੈਗਾ ਬੇਟਾ ਸਲਫੇਟ ਆਇਨ ਸਲਫੇਟ ਆਇਨਸ ਕਿੱਧਰ ਮੂਵ ਕਰ ਰਹੇ ਨੇ ਪੋਜ਼ਿਟਿਵ ਟਰਮੀਨਲ ਕਨੀ ਤਾਂ ਸਲਫੇਟ ਆਇਨਸ ਜਾਣਗੇ ਪੋਜ਼ਿਟਿਵ ਟਰਮੀਨਲ ਦੇ ਕਨੀ ਬੇਟਾ ਤਾਂ ਸਲਫੇਟ ਆਇਨਸ ਜਦੋਂ ਪੋਜ਼ਿਟਿਵ ਟਰਮੀਨਲ ਕਨੀ ਜਾਣਗੇ ਤਾਂ SO4 2 네ਗੇਟਿਵ ਇੱਥੇ ਇਹਨੇ ਇਲੈਕਟ੍ਰੋਨਸ ਲਾਸ ਕੀਤੇ SO4 2 ਇਲੈਕਟ੍ਰੋਨਸ ਤਾਂ ਦੋ ਇਲੈਕਟ੍ਰੋਨ ਲਾਸ ਹੋ ਗਏ ਤਾਂ ਹੁਣ ਦੇਖੋ ਲਾਸ ਆਫ ਇਲੈਕਟ੍ਰੋਨਸ ਲਾਸ ਆਫ ਇਲੈਕਟ੍ਰੋਨਸ ਦੱਸਿਆ ਸੀ ਤੁਹਾਨੂੰ ਵੀ ਕੀ ਹੁੰਦਾ ਲਾਸ ਆਫ ਇਲੈਕਟ੍ਰੋਨਸ 댓 ਇਸ ਕਾਲਡ ਦਾ ਆਕਸੀਡੇਸ਼ਨ ਇੱਕ ਚੀਜ਼ ਯਾਦ ਰੱਖੋ ਚਾਹੇ ਲਾਸ ਯਾਦ ਰੱਖੋ ਬੀ ਆਕਸੀਡੇਸ਼ਨ ਹੁੰਦੀ ਹੈ ਚਾਹੇ ਗੇਨ ਯਾਦ ਰੱਖੋ ਰਿਡਕਸ਼ਨ ਹੁੰਦੀ ਆ ਜਿਆਦਾ ਪਜ਼ਲ ਨਹੀਂ ਹੋਣਾ ਹੈਗਾ ਇਸ ਚ ਤੇ ਇੱਕ ਚੀਜ਼ ਮੈਂ ਤੁਹਾਨੂੰ ਹਿੰਟ ਦੇ ਦੇਣੀ ਆ ਇੱਥੇ ਕਿ ਲਾਸ ਆਫ ਇਲੈਕਟ੍ਰੋਨ ਲਾਸ ਓ ਆਕਸੀਜਨ ਆਂਦੀ ਆ ਤੇ ਇੱਥੇ ਆਕਸੀਡੇਸ਼ਨ ਸਮਝ ਆ ਗਈ ਤਾਂ ਲਾਸ ਆਫ ਇਲੈਕਟ੍ਰੋਨ ਯਾਦ ਰੱਖੋ ਬੇਟਾ ਹਮੇਸ਼ਾ ਕੀ ਹੁੰਦੀ ਆ ਆਕਸੀਡੇਸ਼ਨ ਦੂਸਰਾ ਉਹਦਾ ਰਿਵਰਸ ਕਰ ਦਿਓ ਬੀ ਗੇਨ ਆਫ ਇਲੈਕਟ੍ਰੋਨ ਕੀ ਹੁੰਦੀ ਆ ਰਿਡਕਸ਼ਨ ਠੀਕ ਆ ਤਾਂ ਲਾਸ ਆਫ ਇਲੈਕਟ੍ਰੋਨ ਕੀ ਹੁੰਦੀ ਆ ਆਕਸੀਡੇਸ਼ਨ ਹੁਣ ਦੇਖੋ ਪੁੱਤ ਜਿੱਥੇ ਵੀ ਆਕਸੀਡੇਸ਼ਨ ਹੁੰਦੀ ਆ ਉਹ ਇਲੈਕਟrode ਹਮੇਸ਼ਾ ਕਿਹੜੀ ਹੁੰਦੀ ਆ ਐਨ ਆਕਸ ਕੀ ਸਮਝਾਇਆ ਹੋਇਆ ਤੁਹਾਨੂੰ ਐਨ ਆਕਸ ਐਨ ਆਕਸਿਕ ਸਿੰਪਲ ਲੈਂਗੁਏਜ ਦੇ ਵਿੱਚ ਬਹੁਤ ਲੋਅਰ ਕਲਾਸਸ ਫਸਟ ਸੈਕੰਡ ਕਲਾਸ ਦੇ ਵਿੱਚ ਤੁਹਾਨੂੰ ਸਮਝਾਇਆ ਜਾਂਦਾ ਕਿ ਵੋਵਲ ਦੇ ਅੱਗੇ ਐਨ ਲੱਗਦਾ ਠੀਕ ਹੈ ਤਾਂ ਐਨ ਆਕਸ ਇਹਦਾ ਮਤਲਬ ਕੀ ਹੋਊਗਾ ਵੀ ਜਿੱਥੇ ਆਪਣੇ ਕੋਲ ਆਕਸੀਡੇਸ਼ਨ ਹੋ ਰਹੀ ਆ ਤਾਂ ਉਹ ਕਿਹੜੀ ਇਲੈਕਟrode ਹੋਊਗੀ ਐਨੋਡ ਆਕਸ ਮਤਲਬ ਆਕਸੀਡੇਸ਼ਨ ਤਾਂ ਇਲੈਕਟਰੋਡ ਗੜਹੀ ਹੋਣੀ ਆ ਐਨੋਡ ਠੀਕ ਹੈ ਤਾਂ ਆਪਣੇ ਕੋਲ ਇਹ ਜਿਹੜਾ ਪੋਜ਼ਿਟਿਵ ਟਰਮੀਨਲ ਆ ਇਹ ਕੀ ਹੋ ਜਾਣੀ ਬੇਟਾ ਇੱਥੇ ਆਪਣੇ ਕੋਲ ਐਨੋਡ ਇਹ ਕੀ ਬਣ ਜਾਣੀ ਆ ਐਨਓੜਵਣ ਚਣੀ ਹੈ ਠੀਕ ਆ ਤਾਂ ਇਸ ਫਾਰਮ ਦੇ ਵਿੱਚ ਜਿਹੜੀਆਂ ਰਿਐਕਸ਼ਨਸ ਨੇਗੇ ਉਹ ਕੰਟੀਨਿਊਸਲੀ ਹੋਈ ਜਾਂਦੇ ਨੇ ਆਇਨਸ ਮਾਈਗ੍ਰੇਟ ਕਰੀ ਜਾਂਦੇ ਨੇ ਬੇਟਾ ਠੀਕ ਆ ਤਾਂ ਇਸ ਸਾਈਡ ਦੇ ਵਿੱਚ ਆਪਾਂ ਜਿਵੇਂ ਜਿਵੇਂ ਉਹਨੂੰ ਇਲੈਕਟ੍ਰਿਸਿਟੀ ਦੇਈ ਜਾਂਦੇ ਤੇ ਇੱਥੇ ਕੈਮੀਕਲ ਡੀਕੰਪੋਜੀਸ਼ਨ ਹੋਈ ਜਾਂਦੀ ਆ ਦੋ ਇਟ ਮੀਨਸ ਇੱਥੇ ਆਪਣੇ ਕੋਲ ਕੈਮੀਕਲ એનર્ਜੀ ਪ੍ਰੋਡਿਊਸ ਹੋਈ ਜਾਂਦੀ ਆ ਠੀਕ ਆ ਤਾਂ ਇਸ ਤਰੀਕੇ ਦੇ ਨਾਲ ਆਪਾਂ ਇਲੈਕਟ੍ਰੀਕਲ એનર્ਜੀ ਨੂੰ ਕੈਮੀਕਲ એનર્ਜੀ ਦੇ ਵਿੱਚ ਈਜ਼ੀ ਫਾਰਮ ਦੇ ਵਿੱਚ ਕਨਵਰਟ ਕਰ ਸਕਦੇ ਆ ਬਾਈ ਯੂジング ਦਾ ਇਲੈਕਟ੍ਰੋਲਿਟਿਕ ਸੈਲ ਠੀਕ ਹੈ ਜੀ ਤਾਂ ਇਲੈਕਟ੍ਰੋਲਿਟਿਕ ਸੈੱਲ ਕੀ ਹੁੰਦਾ ਜਿੱਥੇ ਆਪਣੇ ਕੋਲੇ ਦੋਵੇਂ ਰਿਐਕਸ਼ਨਸ ਇੱਕ ਸਿੰਗਲ ਵੈਸਲਸ ਦੇ ਵਿੱਚ ਹੋਣ ਤਾਂ ਜਿੱਥੇ ਰਿਐਕਸ਼ਨਸ ਆਪਣੇ ਕੋਲ ਸਿੰਗਲ ਵੈਸਲਸ ਦੇ ਵਿੱਚ ਹੁੰਦੀਆਂ ਨੇ ਰ데요 ਤਾਂ ਉਹਨਾਂ ਨੂੰ ਆਪਾਂ ਕੀ ਕਹਦਾਂ ਨੇ ਹੁੰਦਾ ਡਾਇਰੈਕਟ ਰਿਡੌਕਸ ਰਿਐਕਸ਼ਨਸ ਠੀਕ ਹੈ ਤਾਂ ਇੱਕ ਕੀ ਦਾ ਪਾਰਟ ਕੀਤਾ ਆਪਾਂ ਨੇ ਇਹ ਡਾਇਰੈਕਟ ਰਿਡੌਕਸ ਰਿਐਕਸ਼ਨਸ ਦਾ ਪਾਰਟ ਹੁਣ ਧਿਆਨ ਨਾਲ ਥੋੜਾ ਜਿਹਾ ਦੇਖੇ ਚਲੋ ਕਿ ਆਪਾਂ ਨੇ ਇੱਕ ਇਲੈਕਟ੍ਰੋਕੈਮੀਕਲ ਸੈੱਲ ਕੀਤਾ ਜਿੱਥੇ ਆਪਾਂ ਕੈਮੀਕਲ એનર્ਜੀ ਨੂੰ ਇਲੈਕਟ੍ਰੀਕਲ એનર્ਜੀ ਚ ਕਨਵਰਟ ਕਰਦੇ ਆਂ ਤੇ ਸੈਕੰਡ ਆਪਾਂ ਨੇ ਕੀਤਾ ਬੇਟਾ ਇਲੈਕਟ੍ਰੋਲਿਟਿਕ ਸੈੱਲ ਜਿਹੜਾ ਟੋਟਲੀ ਆਪੋਜ਼ਿਟ ਆ ਜਿੱਥੇ ਆਪਾਂ ਇਲੈਕਟ੍ਰੀਕਲ એનર્ਜੀ ਨੂੰ ਕੈਮੀਕਲ એનર્ਜੀ ਚ ਕਨਵਰਟ ਕਰਦੇ ਆਂ ਠੀਕ ਆ ਤਾਂ ਹੁਣ ਅਗਰ ਆਪਾਂ ਦੋਵੇਂ ਸੈੱਲ ਦਾ ਡਿਫਰੈਂਸ ਕਰਨਾ ਚਾਹੀਏ ਤਾਂ ਕੁਝ ਕ ਪੁਆਇੰਟਸ ਤੁਹਾਨੂੰ ਆਲਰੇਡੀ ਪਤਾ ਹੋਣੇ ਚਾਹੀਦੇ ਨੇ ਕਿ ਇਲੈਕਟ੍ਰੋਕੈਮੀਕਲ ਸੈੱਲ ਤੇ ਇਲੈਕਟ੍ਰੋਲਿਟ ठीक है पुत्र तो अपन नैक्सट क्वेश्चन स्टार्ट कर रहे जी दैट इज़ द डिफरेंसिस बिटवीन डिफरेंसेस बिटवीन इलैक्ट्रोकैमिकल सैल डिफरेंसेस बिटवीन इलैक्ट्रोकैमिकल सैल एंड सैकंड वन इज द इलेक्ट्रोलिटिक सैल सैकेंड वन इज द इलैक्ट्रोलिटिक सैल इलैक्ट्रोकैमिकल सैल एंड नैक्सट वन इज द इलैक्ट्रोलिटिक सैल ओके ਤੋ ਦੇਖੋ ਫਸਟ ਆਫ ਆਲ ਪਹਿਲਾ ਡਿਫਰੈਂਸ ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਇਲੈਕਟ੍ਰੋਕੈਮੀਕਲ ਸੈਲ which converts the ਕੈਮੀਕਲ એનર્ਜੀ ਕੈਮੀਕਲ એનર્ਜੀ ਇੰਟੂ ਇਲੈਕਟ੍ਰੀਕਲ એનર્ਜੀ ਜਿਹੜਾ ਕੈਮੀਕਲ એનર્ਜੀ ਨੂੰ ਕਿਸੇ ਦੇ ਵਿੱਚ ਕਨਵਰਟ ਕਰ ਦੇਵੇ ਇਲੈਕਟ੍ਰੀਕਲ એનર્ਜੀ ਛੋਨੋ ਪਾਕੀ ਕਹਿੰਦੇ ਨੇ ਹੁੰਦੇ ਆ ਇਲੈਕਟ੍ਰੋਕੈਮੀਕਲ ਸੈਲ ਤੇ ਇਲੈਕਟ੍ਰੋਲਿਟਿਕ ਸੈਲ ਕੀ ਹੁੰਦਾਗਾ ਬੇਟਾ which converts the ਇਲੈਕਟ੍ਰੀਕ electrical energy into the chemical energy electrical energy ਨੂੰ ਜਿਹੜਾ ਕਿਸ ਚ ਕਨਵਰਟ ਕਰਦੇਵੇ ਕੈਮੀਕਲ એનર્ਜੀ ਦੇ ਵਿੱਚ ਕੈਮੀਕਲ એનર્ਜੀ ਦੇ ਵਿੱਚ दैट इज कॉल्ड द ਇਲੈਕਟ੍ਰੋਲਿਟਿਕ ਸੈੱਲ ਠੀਕ ਹੈ ਸੈਕੰਡ ਡਿਫਰੈਂਸ ਕੀ ਹੋ ਸਕਦਾ ਕਿ ਜਿਹੜਾ ਇਲੈਕਟ੍ਰੋਕੈਮੀਕਲ ਸੈੱਲ ਹੁੰਦਾ ਇਹ ਦੋ ਸੈਪਰੇਟ ਵੈਸਲਸ ਦੇ ਵਿੱਚ ਹੁੰਦਾ ਮੈਂ ਤੁਹਾਨੂੰ ਥੋੜਾ ਜਿਹਾ ਯਾਦ ਕਰਵਾਦਾ ਆਪਾਂ ਨੇ ਕੀਤਾ ਸੀਗਾ ਬੇਟਾ ਇਲੈਕਟ੍ਰੋਕੈਮੀਕਲ ਸੈੱਲ ਜਿੱਥੇ ਆਪਾਂ ਨੇ ਕੀ ਕੀਤਾ ਸੀ ਦੋ ਅਲੱਗ-ਅਲੱਗ ਵੈਸਲਸ ਲਈਆਂ ਸੀਗੀਆਂ ਅਗਰ ਤੁਹਾਨੂੰ ਫਸਟ ਲੈਕਚਰ ਅੱਛੀ ਤਰ੍ਹਾਂ ਕਲੀਅਰਾ ਤਾਂ ਤੁਹਾਨੂੰ ਯਾਦ ਵੀ ਹੋਊਗਾ ਇਹ ਠੀਕ ਰਹੇਗੀ ਕਿ ਜਿੱਥੇ ਆਪਾਂ ਨੇ ਇਲੈਕਟ੍ਰੋਕੈਮੀਕਲ ਸੈੱਲ ਬਾਰੇ ਪੜਿਆ ਸੀਗਾ ਤਾਂ ਉਥੇ ਡਿਟੇਲ ਦੇ ਵਿੱਚ ਉਹਦੀ ਕੰਸਟਰਕਸ਼ਨ ਤੇ ਵਰਕਿੰਗ ਪੜ੍ਹੀ ਸੀ ਇਦਾਂ ਸੀਗਾ ਆਪਣੇ ਕੋਲ ਇਲੈਕਟ੍ਰੋਕੈਮੀਕਲ ਸੈੱਲ ਤਾਂ ਦੋ ਅਲੱਗ-ਅਲੱਗ ਵੈਸਲਸ ਹੁੰਦੀਆਂ ਨੇ ਤਾਂ ਇਟ ਮੀਨਸ ਇੱਥੇ ਟੂ ਸੈਪਰੇਟ ਵੈਸਲਸ ਆਰ ਯੂਜ਼ਡ ਟੂ ਸੈਪਰੇਟ ਵੈਸਲਸ ਆਰ ਯੂਜ਼ਡ ਠੀਕ ਹੈ ਬਟ ਇਸ ਕੇਸ ਦੇ ਵਿੱਚ ਆਪਾਂ ਹੁਣੀ ਪੜ ਕੇ ਹਟਿਆ ਹਾਂ ਇਲੈਕਟ੍ਰੋਲਾਈਟਿਕ ਸੈਲ ਇਲੈਕਟ੍ਰੋਲਾਈਟਿਕ ਸੈਲਸ ਦੇ ਵਿੱਚ ਆਪਣੇ ਕੀ ਪੜਿਆ ਕਿ ਉਹਦੇ ਇੱਕ ਸਿੰਗਲ ਵੈਸਲ ਹੀ ਯੂਜ਼ਡ ਹੁੰਦੀ ਆ ਠੀਕ ਹੈ ਸਿੰਗਲ ਵੈਸਲ ਯੂਜ਼ਡ ਸਿੰਗਲ ਵੈਸਲ ਯੂਜ਼ਡ ਤਾਂ ਸਿੰਗਲ ਵੈਸਲ ਯੂਜ਼ ਕੀਤੀ ਸੀ ਆਪਾਂ ਨੇ ਜਿੱਥੇ ਦੋਵੇਂ ਇਲੈਕਟ੍ਰੋਲਾਈਟਿਕ ਸਿੰਗਲ ਵੈਸਲ ਦੇ ਵਿੱਚ ਐਡ ਕੀਤੇ ਸੀਗੇ ਠੀਕ ਹੈ ਬੇਟਾ ਤਾਂ ਦੇਖੋ ਹੁਣ ਨੈਕਸਟ ਡਿਫਰੈਂਸ ਕੀ ਹੋ ਸਕਦਾ ਕਿ ਆਪਾਂ ਇਲੈਕਟ੍ਰੋਕੈਮੀਕਲ ਸੈੱਲ ਦੇ ਵਿੱਚ ਸਾਲਟ ਬ੍ਰਿਜ ਯੂਜ਼ ਕਰ ਰਹੇ ਹਾਂ ਬਟ ਇੱਥੇ ਆਪਾਂ ਸਾਲਟ ਬ੍ਰਿਜ ਯੂਜ਼ ਨਹੀਂ ਕਰ ਰਹੇ ਠੀਕ ਆ ਤਾਂ ਆਪਾਂ ਕੀ ਕੀ ਕਹਾਂਗੇ ਸਾਲਟ ਬ੍ਰਿਜ ਪ੍ਰੈਜ਼ੈਂਟ ਸਾਲਟ ਬ੍ਰਿਜ ਪ੍ਰੈਜ਼ੈਂਟ ਬਟ ਇੱਥੇ ਆਪਾਂ ਥੇਅਰ ਇਜ਼ ਨੋ ਯੂਜ਼ ਆਫ ਸਾਲਟ ਬ੍ਰਿਜ ਨੋ ਯੂਜ਼ ਆਫ ਸਾਲਟ ਬ੍ਰਿਜ ਨੋ ਯੂਜ਼ ਆਫ ਸਾਲਟ ਬ੍ਰਿਜ ਇੱਥੇ ਆਪਾਂ ਸਾਲਟ ਬ੍ਰਿਜ ਦਾ ਕੋਈ ਯੂਜ਼ ਨਹੀਂ ਕਰ ਰਹੇ ਠੀਕ ਹੈ ਨੈਕਸਟ ਪੁਆਇੰਟ ਆਫ ਡਿਫਰੈਂਸ ਸੋਚੋ ਬੇਟਾ ਕੀ ਹੋ ਸਕਦਾ ਦਾ ਮੇਨ ਇੰਪੋਰਟੈਂਟ ਪੁਆਇੰਟ ਆਫ ਡਿਫਰੈਂਸ ਅਗਰ ਤੁਸੀਂ ਦੋਵੇਂ ਸਾਲਸ ਨੂੰ ਬਹੁਤ ਅੱਛੀ ਤਰ੍ਹਾਂ ਪੜ੍ਹ ਲਿਆ ਤਾਂ ਤੁਹਾਨੂੰ ਇੱਥੇ ਡਿਫਰੈਂਸ ਪਤਾ ਹੋਣਾ ਚਾਹੀਦਾ ਕਿ ਆਪਣੇ ਕੋਲ ਇਸ ਸਾਈਡ ਤੇ ਸਗੀ ਐਨੋਡ ਠੀਕ ਹੈ ਤੇ ਇਸ ਸਾਈਡ ਤੇ ਸੀਗੀ ਕੈਥੋਡ ਯਾਦ ਕਰੋ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਹਮੇਸ਼ਾ ਆਪਾਂ ਇਲੈਕਟ੍ਰੋਕੈਮੀਕਲ ਸੈੱਲ ਦੇ ਵਿੱਚ ਲੈਫਟ ਸਾਈਡ ਤੇ ਕੀ ਰੱਖਣੀ ਹੈ ਐਨੋਡ ਅਗਰ ਤੁਹਾਨੂੰ ਲੋਨ ਵਰਡ ਯਾਦ ਹੋਵੇ ਲੋਨ ਯਾਦ ਹੈ ਨਾ L O A N ਲੋਨ ਵਰਡ ਠੀਕ ਹੈ ਤਾਂ ਲੈਫਟ ਸਾਈਡ ਤੇ ਆਪਾਂ ਅਗਰ ਗੱਲ ਕਰੀਏ ਤਾਂ ਲੋਨ ਵਰਡ ਦੇ ਵਿੱਚ ਕੀ ਹੋਊਗਾ ਬੇਟਾ L O A N ਠੀਕ ਹੈ ਯਾਦ ਹੈ ਨਾ ਤਾਂ ਲੈਫਟ ਸਾਈਡ ਤੇ ਕੀ ਸੀਗਾ ਆਪਣੇ ਕੋਲੇ ਆਕਸੀਡੇਸ਼ਨ ਐਨੋਡ ਤੇ ਕਿਹੜਾ ਚਾਰਜ ਸੀਗਾ ਬੇਟਾ 네ਗੇਟਿਵ ਚਾਰਜ ਠੀਕ ਹੈ ਕੈਥੋਡ ਤੇ ਕਿਹੜਾ ਚਾਰਜ ਸੀ ਪੁੱਤਰ ਪੋਜ਼ਿਟਿਵ ਚਾਰਜ ਬਟ ਹੁਣ ਇੱਥੇ ਦੇਖੋ ਧਿਆਨ ਨਾਲ ਐਸ ਸਾਈਡ ਤੇ ਆਪਣੇ ਕੋਲੇ ਕੀ ਸੀਗਾ ਪੋਜ਼ਿਟਿਵ ਟਰਮੀਨਲ ਤੇ ਇਧਰ ਕੀ ਸੀਗਾ ਨੈਗੇਟਿਵ ਟਰਮੀਨਲ ਤੁਸੀਂ ਵੀਡੀਓ ਨੂੰ ਬੈਕ ਕਰਕੇ ਵੀ ਦੇਖ ਸਕਦੇ ਹੋ ਕਿ ਜਿਹੜਾ ਆਪਣੇ ਕੋਲ ਪੋਜ਼ਿਟਿਵ ਟਰਮੀਨਲ ਆ ਉਹ ਕੀ ਆ ਐਨੋਡ ਆ ਤੇ 네ਗੇਟਿਵ ਟਰਮੀਨਲ ਕੀਆ ਕੈਥੋਡ ਆ ਠੀਕ ਹੈ ਬਹੁਤ ਵੱਡਾ ਡਿਫਰੈਂਸ ਆਗਾ ਬੇਟਾ ਠੀਕ ਹੈ ਐਨੋਡ ਤੇ ਕਿਹੜਾ ਚਾਰਜ ਹੁੰਦਾ 네ਗੇਟਿਵ ਚਾਰਜ ਇਨ ਕੇਸ ਆਫ ਇਲੈਕਟ੍ਰੋਕੈਮੀਕਲ ਸੈਲ ਤੇ ਕੈਥੋਡ ਤੇ ਪੋਜ਼ਿਟਿਵ ਚਾਰਜ ਹੁੰਦਾ ਬਟ ਇਲੈਕਟ੍ਰੋਲਿਟਿਕ ਸੈਲ ਦੇ ਵਿੱਚ ਐਨੋਡ ਤੇ ਕਿਹੜਾ ਚਾਰਜ ਹੁੰਦਾ ਪੋਜ਼ਿਟਿਵ ਰਿਵਰਸ ਹੋ ਰਿਹਾ ਕਿਉਂਕਿ ਰਿਐਕਸ਼ਨਸ ਉਲਟੀਆਂ ਹੋ ਰਹੀਆਂ ਨੇ ਇੱਥੇ ਠੀਕ ਹੈ ਤਾਂ ਕਰਕੇ ਇੱਥੇ ਸਿੰਬਲ ਵੀ ਕੀ ਹੋ ਜਾਣਗੇ ਰਿਵਰਸ ਹੋ ਜਾਣਗੇ ਇੱਥੇ ਐਨੋਡ ਤੇ ਪੋਜ਼ਿਟਿਵ ਚਾਰਜ ਆ ਤੇ ਕੈਥੋਡ ਤੇ ਕਿਹੜਾ ਚਾਰਜ ਆ 네ਗੇਟਿਵ ਚਾਰਜ ਆ ਇਨ ਕੇਸ ਆਫ ਐਨੋਡ ਇਜ਼ 네ਗੇਟਿਵ ਠੀਕ ਹੈ ਐਨੋਡ ਕੀ ਹੈਗੇ ਬੇਟਾ ਫੋਰਥ ਪੁਆਇੰਟ 네ਗੇਟਿਵ ਤੇ ਕੈਥੋਡ ਕੀ ਹੈ ਬੇਟਾ ਕੈਥੋਡ ਇਜ਼ ਪੋਜ਼ਿਟਿਵ ਕੈਥੋਡ ਕੀ ਰਜੇ ਥੇ ਪੋਜ਼ਿਟਿਵ ਬਟ ਇਹਦੇ ਵਿੱਚ ਕੀ ਹੋਊਗਾ ਐਨੋਡ ਕੀ ਹੋਣੀ ਆ ਐਨੋਡ ਕੀ ਹੈ ਬੇਟਾ ਪੋਜ਼ਿਟਿਵ ਤੇ ਕੈਥੋਡ ਕੀ ਆ ਕੈਥੋਡ ਇਜ਼ ਕੈਥੋਡ ਇਜ਼ 네ਗੇਟਿਵ ਕੈਥੋਡ ਕੀ ਹੈ ਬੇਟਾ ਇੱਥੇ ਆਪਣੇ ਕੋਲੇ 네ਗੇਟਿਵ ਕੈਥੋਡ ਕੀ ਹੈ ਪੁੱਤਰ 네ਗੇਟਿਵ ਕਲੀਅਰ ਆ ਤਾਂ ਦੇਖੋ ਹੁਣ ਬਟ ਰਿਐਕਸ਼ਨ ਸੇਮ ਰਹਿਣਗੇ ਆ ਰਿਐਕਸ਼ਨਸ ਇਹ ਨਹੀਂ ਹੈਗਾ ਵੀ ਐਨੋਡ ਆ ਤਾਂ ਆਕਸੀਡੇਸ਼ਨ ਰਿਡਕਸ਼ਨ ਵੀ ਚੇਂਜ ਹੋ ਜਾਣੀ ਆ ਐਨੋਡ ਹਮੇਸ਼ਾ ਹੀ ਆਕਸੀਡੇਸ਼ਨ ਹੋਊਗੀ ਜਿਹੜਾ ਮਰਜੀ ਸੈੱਲ ਪੜ ਲਓ ਤੁਸੀਂ ਐਨੋਡ ਤੇ ਹਮੇਸ਼ਾ ਹੀ ਕੀ ਹੋਣੀ ਆ ਆਕਸੀਡੇਸ਼ਨ ਫਿਰ ਚਾਹੇ ਉਹ ਪੋਜ਼ਿਟਿਵ ਚਾਰਜ ਆ ਚਾਹੇ ਉਹ ਨੈਗੇਟਿਵ ਚਾਰਜ ਆ ਚਾਹੇ ਉਹ ਇਲੈਕਟ੍ਰੋਕੈਮੀਕਲ ਸੈੱਲ ਆ ਚਾਹੇ ਉਹ ਇਲੈਕਟ੍ਰੋਲਿਟਿਕ ਸੈੱਲ ਆ ਠੀਕ ਹੈ ਇਹ ਚੀਜ਼ ਚ ਨਹੀਂ ਤੁਸੀਂ ਪਸਲ ਹੋਣਾ ਕਿ ਐਨੋਡ ਆ ਤਾਂ ਬਾਕੀ ਆਕਸੀਡੇਸ਼ਨ ਰਿਡਕਸ਼ਨ ਵੀ ਰਿਵਰਸ ਹੋਣਗੇ ਨਹੀਂ ਬੇਟਾ ਇਦਾਂ ਨਹੀਂ ਹੋਣਾ ਠੀਕ ਹੈ ਐਨੋਡ ਆ ਡੀਸ ਆਕਸੀਡੇਸ਼ਨ ਹੀ ਹੋਣੀ ਹੈ ਐਨ ਆਕਸ ਹੀ ਜਿਹੜਾ ਮੈਮਰੀ ਏਡ ਹੈਗਾ ਉਹ ਤੁਸੀਂ 101% ਯਾਦ ਰੱਖਣਾ ਐਨ ਆਕਸ ਐਨੋਡ ਆ ਤਾਂ ਹਮੇਸ਼ਾ ਹੀ ਆਕਸੀਡੇਸ਼ਨ ਹੋਣੀ ਆ ਚਾਰਜ ਕੋਈ ਵੀ ਹੋ ਸਕਦਾ ਪੋਜ਼ਿਟਿਵ ਵੀ ਹੋ ਸਕਦਾ ਨੈਗੇਟਿਵ ਵੀ ਹੋ ਸਕਦਾ ਅਗਰ ਕੈਥੋਡ ਆ ਤਾਂ ਹਮੇਸ਼ਾ ਰਿਡਕਸ਼ਨ ਹੋਣੀ ਆ ਰੈੱਡ ਕੈਟ ਠੀਕ ਹੈ ਕੀ ਯਾਦ ਰੱਖਣਾ ਰੈੱਡ ਕੈਟ ਤਾਂ ਰੈੱਡ ਕੈਟ ਮਤਲਬ ਰਿਡਕਸ਼ਨ ਕੈਥੋਡ ਤੇ ਹੀ ਹੋਣੀ ਆ ਫਿਰ ਚਾਹੇ ਉਹ ਪੋਜ਼ਿਟਿਵ ਚਾਰਜ ਆ ਚਾਹੇ ਉਹ ਨੈਗੇਟਿਵ ਚਾਰਜ ਆ ਓਕੇ ਸਟੂਡੈਂਟਸ ਦੈਨ ਉਸ ਵਾਰ ਨੈਕਸਟ ਦੇਖੋ ਬੇਟਾ ਹੁਣ ਇਲੈਕਟ੍ਰੋਕੈਮੀਕਲ ਸੈੱਲ ਦੇ ਵਿੱਚ ਇਲੈਕਟ੍ਰੋਨਸ ਟ੍ਰਾਂਸਫਰ ਹੋਏ ਸੀਗੇ ਪੋਜ਼ਿਟਿਵ ਤੋਂ ਨੈਗੇਟਿਵ ਚਾਰਜ ਦੇ ਵਿੱਚ ਠੀਕ ਆ ਤਾਂ ਇਸ ਸਾਈਡ ਦਾ ਆਪਾਂ ਕੀ ਕਰਾਂਗੇ देयर इज फ्लो ਆਫ ਇਲੈਕਟ੍ਰੋਨਸ ਫਲੋ ਆਫ ਇਲੈਕਟ੍ਰੋਨਸ ਬਟ ਇਨ ਕੇਸ ਆਫ ਇਟ ਕੀ ਇੱਥੇ ਇਲੈਕਟ੍ਰੋਨਸ ਮੂਵ ਕਰਦੇ ਸੀ ਨਹੀਂ ਤਾਂ ਜਦੋਂ ਦੇਖੋ ਮੈਂ ਕਾਪਰ ਸਲਫੇਟ ਦੀ ਐਗਜ਼ਾਮਪਲ ਕਰਵਾਈ ਸੀ ਤਾਂ ਕਾਪਰ ਆਇਨਸ ਤੇ ਸਲਫੇਟ ਆਇਨਸ ਮੂਵ ਕਰਦੇ ਸੀ ਨਾ ਤਾਂ ਇੱਥੇ ਕੀ ਹੁੰਦਾਗਾ ਮਾਈਗ੍ਰੇਸ਼ਨ ਆਫ ਆਇਨਸ ਜਾਂ ਤੁਸੀਂ ਫਲੋ ਆਫ ਆਇਨਸ ਵੀ ਕਹਿ ਸਕਦੇ ਹੋ ਜਾਂ ਫਿਰ ਮਾਈਗ੍ਰੇਸ਼ਨ ਆਫ ਐਨਜ਼ ਵਿਗਾਸ ਆਦੇਓ ਐਨਜ਼ ਮਤਲਬ ਇੱਥੇ ਕਟਾਇਨਸ ਤੇ ਐਨਾਇਨਸ ਮੂਵ ਕਰਦੇ ਨੇ ਇੱਥੇ ਇਲੈਕਟ੍ਰੋਨਸ ਨਹੀਂ ਮੂਵ ਕਰਦੇ ਬਟ ਇਸ ਕੇਸ ਦੇ ਵਿੱਚ ਇਲੈਕਟ੍ਰੋਨਸ ਮੂਵ ਕਰਦੇ ਨੇ ਓਕੇ ਲਾਸਟ ਪੁਆਇੰਟ ਆਫ ਡਿਫਰੈਂਸ ਕੀ ਆ ਗਿਆ ਬੇਟਾ ਇਸ ਦੇ ਵਿੱਚ ਇਲੈਕਟ੍ਰੋਕੈਮੀਕਲ ਸੈਲ ਦੋ ਅਲੱਗ-ਅਲੱਗ ਵੈਸਲਸ ਦੇ ਵਿੱਚ ਹੋਣ ਕਰਕੇ ਇਹ ਇੱਕ ਇਨਡਾਇਰੈਕਟ ਰਿਡੌਕਸ ਰਿਐਕਸ਼ਨ ਦਾ ਪਾਰਟ ਆ ਬਟ ਇਲੈਕਟ੍ਰੋਲਿਟਿਕ ਸੈਲ ਇੱਕੋ ਹੀ ਵੈਸਲ ਦੇ ਵਿੱਚ ਹੋਣ ਕਰਕੇ ਇਹ ਇੱਕ ਡਾਇਰੈਕਟ ਰਿਡੌਕਸ ਰਿਐਕਸ਼ਨਸ ਦਾ ਪਾਰਟ ਆ ਡਾਇਰੈਕਟ ਰਿਡੌਕਸ ਰਿਐਕਸ਼ਨਸ ਓਕੇ ਸਟੂਡੈਂਟਸ ਤਾਂ ਇਹ ਸੀਗਾ ਬੇਟਾ ਆਪਣੇ ਕੋਲੇ ਇਲੈਕਟ੍ਰੋਕੈਮੀਕਲ ਸੈੱਲ ਤੇ ਇਲੈਕਟ੍ਰੋਲਿਟਿਕ ਸੈੱਲ ਦਾ ਡਿਫਰੈਂਸ ਠੀਕ ਹੈ ਫਿਰ ਉਸ ਤੋਂ ਬਾਅਦ ਆਪਾਂ ਕੀ ਕਰਨ ਜਾ ਰਹੇ ਹਾਂ ਹੁਣ ਨੈਕਸਟ ਅ ਨੈਕਸਟ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਬੇਟਾ ਕੁਝ ਇਲੈਕਟ੍ਰੋਲਾਈਸਿਸ ਦੇ ਨਾਲ ਰਿਲੇਟਡ ਟਾਪਿਕ ਨੇ ਕਲੀਅਰ ਤਾਂ ਟਾਪਿਕ ਤੁਹਾਨੂੰ ਕਲੀਅਰ ਹੋਣ ਤਾਂ ਕਲੀਅਰ ਹੋਣਗੇ ਅਗਰ ਤੁਹਾਨੂੰ ਇਲੈਕਟ੍ਰੋਲਾਈਸਿਸ ਤੇ ਇਲੈਕਟ੍ਰੋਲਿਟਿਕ ਇਲੈਕਟ੍ਰੋਕੈਮੀਕਲ ਸੈੱਲ ਅੱਛੀ ਤਰ੍ਹਾਂ ਕਲੀਅਰ ਆ ਮਤਲਬ ਬੇਸਿਕਲੀ ਤੁਹਾਨੂੰ ਇਲੈਕਟ੍ਰੋਲਾਈਸਿਸ ਦਾ ਪ੍ਰੋਸੈਸ ਅੱਛੀ ਤਰ੍ਹਾਂ ਕਲੀਅਰ ਹੋਣਾ ਚਾਹੀਦਾ ਤਾਂ ਪਹਿਲਾਂ ਤਾਂ ਉਸੇ ਇਲੈਕਟ੍ਰੋਲਾਈਸਿਸ ਦੇ ਪ੍ਰੋਸੈਸ ਨੂੰ ਅੱਛੀ ਤਰ੍ਹਾਂ ਕਲੀਅਰ ਕਰੋ ਫਿਰ ਆਪਾਂ ਨੈਕਸਟ ਲੈਕਚਰ ਦੇ It is law okay students thank you beta